ਗੁੱਡ ਮਾਰਨਿੰਗ ਸਟੂਡੈਂਟਸ ਥਿਸ ਇਜ਼ ਰਾਜਪ੍ਰਿੰਦਰ ਸਿੰਘ ਫਰੋਮ ਕਰਨਾਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਬੱਚਿਓ ਕੰਟੀਨਿਊ ਕਰੀਏ ਆਪਾਂ ਸਰਫੇਸ ਕੈਮਿਸਟਰੀ ਅੱਗੇ ਅੱਜ ਆਪਾਂ ਪੜਾਂਗੇ ਕੱਲ ਆਪਾਂ ਮੈਕੈਨਿਜ਼ਮ ਕਰ ਲਿਆ ਸੀ ਨਾ ਅੱਜ ਆਪਾਂ ਥਰਮੋਡਾਇਨਾਮਿਕਸ ਪੜਾਂਗੇ ਐਬਜ਼ોર્ਪਸ਼ਨ ਦੇ ਵਿੱਚ ਕੀ ਕਿਵੇਂ-ਕਿਵੇਂ ਹੁੰਦਾ ਜਦੋਂ ਵੀ ਥਰਮੋਡਾਇਨਾਮਿਕਸ ਦਾ ਨਾਮ ਆਉਂਦਾ ਵਾ ਸਾਡੇ ਸਾਹਮਣੇ ਇੱਕ ਕੁਐਸਚਨ ਇਕੁਏਸ਼ਨ ਬੜੀ ਫੇਮਸ ਜੀ ਆਉਂਦੀ ਆ ਡੈਲਟਾ ਜੀ ਡੈਲਟਾ ਐਚ -T ڈیلٹا S پلس 1 وچ ਆਪਾਂ ਕਰਦੇ ਹਾਂ ਗਿਪਸ ਫ੍ਰੀ એનર્ਜੀ ਚੇਂਜ ਵਾਲਾ ਜਿਹੜਾ ਇਕੁਏਸ਼ਨ ਹੁੰਦੀ ਡੈਲਟਾ G ਡੈਲਟਾ H T ਡੈਲਟਾ S ਇਹਦੇ ਬਾਰੇ ਸਾਨੂੰ ਕੀ ਕੀ ਪਤਾ ਜਿਹੜਾ ਇਹਦੇ ਵਿੱਚ ਮੈਂ ਡੈਲਟਾ G ਲਿਖਿਆ ਵਾ ਡੈਲਟਾ G ਦਾ ਮਤਲਬ ਹੈਗਾ ਵਾ ਚੇਂਜ ਇਨ ਗਿਪਸ ਫ੍ਰੀ એનર્ਜੀ ਚੇਂਜ ਇਨ ਗਿਪਸ ਫ੍ਰੀ એનર્ਜੀ ਜ਼ਰੂਰ ਤੁਸੀਂ ਸੁਣਿਆ ਹੋਊਗਾ ਪਾ ਪਲੱਸ 1 ਦੇ ਵਿੱਚ ਇਹ ਚੀਜ਼ਾਂ ਪੜ੍ਹੀਆਂ ਹੀ ਜਿਹੜਾ ਡੈਲਟਾ ਐਚ ਲਿਖਿਆ ਡੈਲਟਾ ਐਚ ਦਾ ਮਤਲਬ ਹੈ ਐਂਥੈਲਪੀ ਚੇਂਜ ਐਂਥੈਲਪੀ ਚੇਂਜ ਟੀ ਦਾ ਮਤਲਬ ਹੈਗਾ ਟੈਂਪਰੇਚਰ ਟੈਂਪਰੇਚਰ ΔS ਜਿਹੜਾ ਲਾਸਟ ਰਹਿ ਗਿਆ ਵਾ ਇਹਦਾ मीनिंग ਹੈਗਾ ਵਾ ਐਂਟਰੋਪੀ ਚੇਂਜ ਐਂਟਰੋਪੀ ਚੇਂਜ ਹੁਣ ਮੈਂ ਥੋੜਾ ਥੋੜਾ ਸਾ ਕਿਉਂਕਿ ਆਪਾਂ ਥਰਮੋਡਾਇਨਾਮਿਕਸ ਯੂਨਿਟ ਨਹੀਂ ਕਰਦੇ ਪਏ ਆਪਾਂ ਜਸਟ ਇੱਕ ਐਬਸਾਰਪਸ਼ਨ ਦੇ ਵਿੱਚ ਥਰਮੋਡਾਇਨਾਮਿਕਸ ਕਿਵੇਂ ਹੁੰਦਾ ਉਹ ਪੜਨਾ ਫਿਰ ਸਾਨੂੰ ਇੰਨੀ ਲੋੜ ਨਹੀਂ ਹੈਗੀ ਵੀ ਆਪਾਂ ਇਹਦੀ ਡੈਰੀਵੇਸ਼ਨ ਕਰੀ ਇਨਾ ਡਿਟੇਲ ਚ ਜਾਈਏ ਮੈਂ ਥੋੜਾ ਥੋੜਾ ਗੱਲਾਂ ਕਲੀਅਰ ਕਰਦਾ ਇਥੇ ਮੈਂ ਹੀ ਇੰਪਲੀਕੀ ਲਿਖ ਲਿਖ ਦੇ ਨਾਮ ਜਿਹੜਾ ਡੈਲਟਾ ਜੀ ਹੁੰਦਾ ਇਹਦੇ ਬਾਰੇ ਸਾਨੂੰ ਕੀ ਯਾਦ ਰਹਿਣਾ ਚਾਹੀਦਾ ਜੇਕਰ ਡੈਲਟਾ ਜੀ ਆ ਜ ਆ ਗਿਆ ਨੈਗੇਟਿਵ ਨੈਗੇਟਿਵ ਤੇ ਪ੍ਰੋਸੈਸ ਕਿਹੜਾ ਹੁੰਦਾ ਸਪੌਂਟੇਨੀਅਸ ਜਿਹੜਾ ਆਪਣੇ ਆਪ ਹੋ ਜਾਂਦਾ ਪ੍ਰੋਸੈਸ ਹੁੰਦਾ ਸਪੌਂਟੇਨੀਅਸ ਤੇ ਇਹਦੇ ਓਪੋਜ਼ਿਟ ਜੇਕਰ ਡੈਲਟਾ ਜੀ ਆ ਗਿਆ ਪੋਜ਼ਿਟਿਵ ਤੇ ਪ੍ਰੋਸੈਸ ਕਿਹੜਾ ਹੋਊਗਾ ਨੋਨ ਸਪੌਂਟੇਨੀਅਸ ਨਾਨ ਸਪੌਂਟੇਨੀਅਸ ਜੇਕਰ ਡੈਲਟਾ ਜੀ ਆ ਗਿਆ 0 ਤੇ ਕਿੱਦਾਂ ਦਾ ਪ੍ਰੋਸੈਸ ਆ ਸਟੇਟ ਕਿਹੜੀ ਆ ਜਾਣੀ ਇਕਲੀਬ੍ਰੀਅਮ ਇਕਲੀਬ੍ਰੀਅਮ ਇੰਨੀਆਂ ਗੱਲਾਂ ਦਾ ਧਿਆਨ ਰੱਖਿਓ ਡੈਲਟਾ ਜੀ ਬਾਰੇ ਤੁਹਾਨੂੰ ਮੈਂ ਤਿੰਨ ਗੱਲਾਂ ਸਮਝਾਤੀਆਂ ਡੈਲਟਾ ਐਚ ਡੈਲਟਾ ਐਚ ਜਿਹੜਾ ਇਹ ਵੀ ਜੇਕਰ ਨੈਗੇਟਿਵ ਹੋਵੇ ਨੈਗੇਟਿਵ ਹੋਵੇ ਤੇ ਰਿਐਕਸ਼ਨ ਹੁੰਦੀ ਐਕਸੋਥਰਮਿਕ ਐਕਸੋਥਰਮਿਕ ਦਾ मीनिंग ਕੀ ਹੁੰਦਾ ਹੀਟ ਰਿਲੀਜ਼ ਹੁੰਦੀ ਹੀਟ ਨੇ ਕੀ ਹੋਣਾ ਰਿਲੀਜ਼ ਹੋਣਾ ਜੇਕਰ ਡੈਲਟਾ ਐਚ ਆ ਗਿਆ ਪੋਜ਼ਿਟਿਵ ਤੇ ਰਿਐਕਸ਼ਨ ਕਿਹੜੀ ਹੁੰਦੀ ਐਂਡੋਥਰਮਿਕ 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 ਦਾ ਮਤਲਬ ਹੁੰਦਾ એનર્ਜੀ ਨੇ ਜਾਂ ਹੀਟ એનર્ਜੀ ਨੇ ਕੀ ਹੋਣਾ ਅਬਜ਼orb ਅਬਜ਼orb ਹੋਣਾ ਠੀਕ ਐ એનર્ਜੀ ਅਬਜ਼orb ਉਦੋਂ ਹੁੰਦੀ ਆ ਜਦੋਂ ਇਹ ਵੀ ਗੱਲ ਯਾਦ ਰੱਖੋ ਜਦੋਂ ਬੌਂਡ ਬ੍ਰੀਕ ਹੁੰਦੀ ਨੇ ਬੌਂਡ ਟੁੱਟਦੀ ਨਹੀਂ ਤੇ એનર્ਜੀ ਰਿਲੀਜ਼ ਉਦੋਂ ਹੁੰਦੀ ਜਦੋਂ ਬੌਂਡ ਫਾਰਮ ਹੁੰਦੀ ਜਦੋਂ ਬੌਂਡ ਫਾਰਮ ਹੁੰਦੀ ਉਦੋਂ એનર્ਜੀ ਰਿਲੀਜ਼ ਹੁੰਦੀ ਇਹ ਵੀ ਯਾਦ ਰੱਖਿਓ ਇਹਦੇ ਚ ਇਹ ਯਾਦ ਰੱਖਿਓ ਲਾਸਟ ਗੱਲ ਮੈਂ ਸਮਝਾ ਦਿੰਨਾ ਡੈਲਟਾ ਐਸ ਫਿਰ ਮੈਂ ਦੱਸਦਾ ਐਬਸੋਰਪਸ਼ਨ ਚ ਕੀ ਹੁੰਦਾ ਡੈਲਟਾ ਐਸ ਜਿਹੜਾ ਵਾ ਇਹ 네ਗੇਟਿਵ ਉਦੋਂ ਹੁੰਦਾ ਜਦੋਂ ਐਂਟਰੋਪੀ ਜਿਹੜੀ ਆ ਉਹ ਕੀ ਹੋਵੇ ਕਹਿ ਲਓ ਡਿਕਰੀਜ਼ ਹੋਵੇ ਨੇਗੇਟਿਵ ਉਦੋਂ ਹੁੰਦਾ ਜਦੋਂ ਐਂਟਰੋਪੀ ਡਿਕਰੀਜ਼ ਹੁੰਦੀ ਐਂਟਰੋਪੀ ਡਿਕਰੀਜ਼ ਦਾ ਮਤਲਬ ਹੈਗਾ ਵਾ ਰੈਂਡਮਨੈਸ ਦਾ ਘਟਣਾ ਜਾਂ ਕਹਿ ਲਓ ਜਿਹੜੇ ਵੇਲੇ ਮੋਲੀਕਿਊਲ ਆ ਉਹ ਘਟਣਦੇ ਪਿੰਦੇ ਮੋਲੀਕਿਊਲ ਮੋਲੀਕਿਊਲ ਜਿਹੜੇ ਰੈਂਡਮ ਮੋਸ਼ਨ ਕਰਨਦੇ ਹੀ ਰੈਂਡਮ ਮੋਸ਼ਨ ਕਰਦੇ ਪਏ ਹੀ ਉਹ ਕੀ ਉਹਨਾਂ ਦੀ ਵੈਲਿਊ ਗਿਣਤੀ ਘਟਣਦੇ ਪੀ ਡਿਕਰੀਜ਼ ਹੁੰਦਾ ਪੀ ਤੇ ਇਹਦੇ ਓਪੋਜ਼ਿਟ ਡੈਲਟਾ S ਪੋਜ਼ਿਟਿਵ ਉਦੋਂ ਹੁੰਦਾ ਜਦੋਂ ਐਂਟਰੋਪੀ ਵੱਧਦੀ ਆ ਠੀਕ ਹੈ ਫਿਰ ਆਪਣੀਆਂ ਚੀਜ਼ਾਂ ਰਿਵਾਈਜ਼ ਹੋ ਗਈਆਂ ਐਂਟਰੋਪੀ ਕਦੋਂ ਵਧੂਗੀ ਜਦੋਂ ਮੋਲੀਕਿਊਲ ਜਿਹੜੇ ਆ ਜਿਹੜੇ ਰੈਂਡਮ ਮੂਸ਼ਨ ਕਰਦੇ ਪਏ ਨੇ ਰੈਂਡਮ ਮੂਸ਼ਨ ਕਰਦੇ ਪਏ ਉਹ ਇਨਕਰੀਜ਼ ਹੋਣਗੇ ਉਹ ਇਨਕਰੀਜ਼ ਹੋਣਗੇ ਹੁਣ ਦੇਖਿਓ ਐਬਜ਼ોર્ਪਸ਼ਨ ਜਿਸ ਤਰ੍ਹਾਂ ਆ ਇੱਕ ਹੈਗਾ ਹੀ ਅਬਜ਼ੌਰ ਬੈਂਟ ਧਿਆਨ ਨਾਲ ਦੇਖਿਓ ਇਹ ਹੈਗਾ ਐਬਜ਼ੌਰਬੈਂਟ ਇਹਦੇ ਉੱਪਰ ਕੌਣ ਜੁੜਦਾ ਵਾ ਐਬਜ਼ੌਰਬੀਟ ਐਬਜ਼ੌਰਬੀਟ ਜਦੋਂ ਆ ਇਨਕ ਦੇ ਮੋਲੀਕਿਊਲ ਨੇ ਇਹਨਾਂ ਨੇ ਆ ਕੇ ਜੁੜਨਾ ਇਸ ਤਰ੍ਹਾਂ ਜੁੜਨਾ ਧਿਆਨ ਨਾਲ ਦੇਖੋ ਇੱਥੇ ਮੋਲੀਕਿਊਲ ਜਿਹੜੇ ਆ ਇਹਨਾਂ ਦੇ ਬੌਂਡ ਬਣਦੀ ਪਈ ਨਾ ਨਵੀਆਂ ਟੁੱਟਦੀ ਤਾਂ ਨਹੀਂ ਨਾ ਪਈ ਇੱਥੇ ਬੌਂਡ ਕੀ ਹੁੰਦੀ ਪਈ ਨੇ ਫਾਰਮ ਬੌਂਡ ਫਾਰਮ ਹੁੰਦੀ ਪਈ ਐ ਐਬਜ਼ોર્ਪਸ਼ਨ ਦੇ ਵਿੱਚ ਕੀ ਹੁੰਦਾ ਜਦੋਂ ਵੀ ਐਬਜ਼ોર્ਪਸ਼ਨ ਹੋਊਗੀ ਇਨਕ ਜਿਹੜੀ ਆ ਉਹ ਕਾਗਜ਼ ਦੇ ਨਾਲ ਬੌਂਡ ਬਣਾਉਂਦੀ ਪਈ ਆ ਬੌਂਡ ਕੀ ਹੁੰਦੀ ਪਈ ਆ ਫਾਰਮ ਨਾ ਕਿ ਬ੍ਰੇਕ ਹੁੰਦੇ ਪਏ ਜੇ ਫਾਰਮ ਹੁੰਦੇ ਪਏ ਫਿਰ ਡੈਲਟਾ ਐਚ ਕੀ ਆਉਣਾ ਨੈਗੇਟਿਵ ਐਬਜ਼ોર્ਪਸ਼ਨ ਦੀ ਪਹਿਲਾ ਹਿੰਟ ਮਿਲ ਗਿਆ ਡੈਲਟਾ ਐਚ ਕੀ ਆਊਗਾ ਨੈਗੇਟਿਵ ਇੰਨਾ ਕਲੀਅਰ ਹੋ ਗਿਆ ਉਸ ਤੋਂ ਬਾਅਦ ਦੇਖਿਓ ਜਿਹੜੇ ਵੇਲੇ ਮੋਲੀਕਿਊਲ ਹੀ ਹੁਣ ਉਹ ਵੇਲੇ ਨਹੀਂ ਰਏ ਉਹ ਕਿਸੇ ਨਾ ਕਿਸੇ ਨਾਲ ਜੁੜ ਗਏ ਨੇ ਜਿੱਦਾਂ ਇਹ ਮੰਨ ਲੂ 10 ਜਾਣੇ ਹੀ 20 ਜਾਣੇ ਹੀ ਇਹਨਾਂ ਵਿੱਚੋਂ ਕੁਝ ਜੁੜ ਗਏ ਨੇ ਗਿਣਤੀ ਘਟੀ ਗਿਣਤੀ ਘਟੀ ਵੇਲੇ ਨਹੀਂ ਰਹਿ ਗਏ ਹੁਣ ਰੈਂਡਮ ਮੋਸ਼ਨ ਨਹੀਂ ਕਰਦੇ ਪਏ ਉਹ ਫਿਕਸ ਹੋ ਗਏ ਅੱਗੇ ਆ ਆਸਾਨੀ ਨਾਲ ਜਿੱਧਰ ਮਰਜੀ ਤੁਰੇ ਫਿਰਦੇ ਹੀ ਪਰ ਆ ਜੁੜ ਗਿਆ ਵਾ ਫਿਕਸ ਹੋ ਗਿਆ ਫਿਰ ਡੈਲਟਾ ਐਸ ਦੇ ਕੀ ਅਸਰ ਪਿਆ ਡੈਲਟਾ ਐਸ ਆਇਆ 네ਗੇਟਿਵ ΔS ਆਇਆ ਨੈਗੇਟਿਵ ਕਿਉਂਕਿ ਐਂਟਰੋਪੀ ਘਟਦੀ ਪਈ ਆ ਮੋਲੀਕਿਊਲ ਜਿਹੜੇ ਆ ਉਹ ਫਿਕਸ ਹੁੰਦੇ ਪਏ ਨੇ ਜੁੜਦੇ ਪਏ ਨੇ ਆ ਵੀ ਨੈਗੇਟਿਵ ਆਉਣਾ ਐਬਜ਼ોર્ਪਸ਼ਨ ਦੇ ਵਿੱਚ ਇਹ ਵੀ ਨੈਗੇਟਿਵ ਆਉਣਾ ਤੇ ਜੇ ਮੈਂ ΔG ਦੀ ਵੈਲਿਊ ਕੱਢਾਂ ΔG ਕੀ ਹੁੰਦਾ ΔH TΔS ਤੇ ΔH ਜਿਹੜਾ ਵਾ ਉਹ ਕੀ ਆਇਆ ਨੈਗੇਟਿਵ ਇੱਥੇ ਨੈਗੇਟਿਵ ਪਰਤਾ -t ਉਸੇ ਤਰ੍ਹਾਂ ਡੈਲਟਾ اس ای ਵੀ ਕੀ ਆਇਆ ਨੈਗੇਟਿਵ ਪਲੱਸ ਹੋ ਜਾਣਾ ਨੈਗੇਟਿਵ ਪਲੱਸ t ਉਸੇ ਤਰ੍ਹਾਂ ਹੁਣ ਆ ਜਿਹੜਾ ਨੈਗੇਟਿਵ ਹੈ ਨਾ ਇਹ ਬਹੁਤ ਜ਼ਿਆਦਾ ਹੁੰਦਾ ਡੈਲਟਾ ਐਚ ਜਿਹੜਾ ਵਾ ਇਹਦੀ ਵੈਲਿਊ ਕੀ ਹੁੰਦੀ ਵੈਰੀ ਲਾਰਜ ਵੈਰੀ ਲਾਰਜ ਤੇ ਫਿਰ ਲਾਸ ਤੇ ਸਾਈਨ ਕਿਹੜਾ ਆਉਣਾ ਪਲੱਸ ਮਾਈਨਸ ਜੇ ਕਰੋਗੀ ਵੀ ਤੇ ਵੱਡੇ ਨਾਲ ਨਿਸ਼ਾਨ ਮਾਈਨਸ ਦਾ ਨੈਗੇਟਿਵ ਆਉਣਾ ਫਿਰ ਪ੍ਰੋਸੈਸ ਕਿਹੜਾ ਵਾ ਸਪੌਂਟੇਨੀਅਸ ਐਡਸਾਰਪਸ਼ਨ ਪ੍ਰੋਸੈਸ ਕਿਹੜਾ ਸਪੌਂਟੇਨੀਅਸ ਕਿਉਂਕਿ ਇਹਦੇ ਵਿੱਚ ਡੈਲਟਾ ਜੀ ਵੀ ਕੀ ਆਉਂਦਾ 네ਗੇਟਿਵ ਵੱਡੀ ਨਾ ਨਿਸ਼ਾਨ ਮਾਈਨਸ ਤਾਂ ਤੇ ਲਾਸਤੇ ਵੀ ਮਾਈਨਸ ਆਉਣਾ ਜੇ ਕੋਈ ਹੁਣ ਪੁੱਛਦਾ ਵਾ ਕਿ ਐਡਸਾਰਪਸ਼ਨ ਸਪੌਂਟੇਨੀਅਸ ਆ ਕਿ ਨੋਨ ਸਪੌਂਟੇਨੀਅਸ ਆ ਤੁਸੀਂ ਕੀ ਜਵਾਬ ਦੇਣਾ ਉਹ ਕਿਹੜਾ ਪ੍ਰੋਸੈਸ ਐ ਸਪੌਂਟੇਨੀਅਸ ਠੀਕ ਐ ਅੱਜ ਮੈਂ ਤਾਂ ਇਹਨੂੰ ਥਰਮੋਡਾਇਨਾਮਿਕਸ ਵੀ ਸਮਝਾ ਦਿੱਤਾ ਹੁਣ ਦੇਖੋ ਆਪ ਆਪਣੀ ਲੈਵਲ ਤੇ ਵੀ ਨਾ ਕੋਸ਼ਿਸ਼ ਕਰਿਆ ਕਰੋ ਜਿੱਥੋਂ ਸਮਝ ਨਹੀਂ ਆਉਂਦਾ ਬੇਫਿਕਰ ਹੋ ਕਿ ਜਦੋਂ ਮਰਜ਼ੀ ਪੁੱਛਿਆ ਕਰੋ ਕੋਈ ਕੋਈ ਵੀ ਮੰਨ ਦੀ ਵਿੱਚ ਸਵਾਲ ਆਉਂਦਾ ਨਾ ਵੀ ਕੋਈ ਚੀਜ਼ 네ਗੇਟਿਵ ਪੋਜ਼ਿਟਿਵ ਕਿੱਦਾਂ ਹੋਗੀ ਆ ਜਦੋਂ ਮਰਜ਼ੀ ਦੱਸਿਆ ਕਰੋ ਮੈਂ ਦੁਬਾਰਾ ਸਮਝਾ ਦੂੰਗਾ ਪਰ ਇਹਨਾਂ ਨੂੰ ਗਲਤੀ ਨਾ ਕਰਿਓ ਵੀ ਇਹ ਐਵੇਂ ਇਗਨੋਰ ਕਰਕੇ ਤੁਸੀਂ ਇਹਨਾਂ ਦੇ ਨੋਟਸ ਹੀ ਨਾ ਬਣਾਓ ਜ਼ਰੂਰ ਵਧੀਆ ਪੜੋ ਜਿੰਨਾ ਜਿੰਨਾ ਵੀ ਤੁਹਾਨੂੰ ਟਾਈਮ ਮਿਲਦਾ ਵਾ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖਿਆ ਕਰੋ ਥੋੜਾ ਥੋੜਾ ਸਮਝਾਉਣਾ ਪਿਆ ਕੋਸ਼ਿਸ਼ ਕਰਦਾ ਪਿਆ ਵੀ ਤੁਹਾਡੇ ਪੱਲੇ ਪਈ ਜਾਵੇ ਠੀਕ ਹੈ ਥੈਂਕ ਯੂ